ਸਾਡੀ ਪਿਛਲੇ ਸਮੇਂ ਦੀ ਤਰ੍ਹਾਂ ਹੀ ਜਿਹੜੀ ਸਾਡੀ ਖੰਨਾ ਪੁਲਿਸ ਦੀ ਭੈੜੇ ਅਨਸਰਾਂ ਦੇ ਖਿਲਾਫ ਹੋ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਹੈ ਉਹ ਇਸ ਸਾਲ ਵੀ ਕੰਟੀਨਿਊ ਚੱਲ ਰਹੀ ਹੈ। ਉਹਦੇ ਤਹਿਤ ਸਾਨੂੰ ਵਧੀਆ ਸਕਸੈਸ ਮਿਲੀ ਹੈ ਜੀ। ਉਹਦੇ 'ਚ ਸਾਨੂੰ ਖੰਨਾ ਪੁਲਿਸ ਨੂੰ ਨਸ਼ਾ ਸਪਲਾਈ ਕਰਨ ਵਾਲਾ ਜਿਹੜਾ ਅੰਤਰਰਾਜੀ ਗਿਰੋਹ ਹੈ ਉਹਦਾ ਪਰਦਾਫਾਸ਼ ਕੀਤਾ। ਇਹਦੇ 'ਚ ਸਾਨੂੰ 5 ਕੁਇੰਟਲ ਭੁੱਕੀ ਚੂਰਾ ਪੋਸਟ ਬਰਾਮਦ ਹੋ ਰਿਹਾ ਅਲੋਂਗ ਵਿਦ 3 ਦੋਸ਼ੀ। ਇਹਦੇ 'ਚ ਜਿਹੜੇ ਸਾਰੀ ਰਿਕਵਰੀ ਹੈ ਇਹ ਵੀ ਸੁਪਰ ਲੀਗਲ ਐਸ ਪੀ ਡੀ ਪ੍ਰਗਿਆ ਜੈਨ ਮੈਡਮ ਨੇ ਕੀਤੀ ਹੈ, ਅਸਿਸਟਡ ਬਾਈ ਡੀ ਐਸ ਪੀ ਡੀ ਪਵਨ ਜੀ, ਡੀ ਐਸ ਪੀ ਸਮਰਾਲਾ ਜਸਵਿੰਦਰ, ਇੰਚਾਰਜ ਸੀ ਆਈ ਏ ਇੰਸਪੈਕਟਰ ਅਮਨ ਅਮਨਦੀਪ, ਐਸ ਐਚ ਓ ਸਮਰਾਲਾ ਰਾਓ ਵਰਿੰਦਰ। ਸੋ ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ, 20 ਜਨਵਰੀ ਨੂੰ ਜਿਹੜੀ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਹੈਗੀ ਹੈ ਉਹ ਬਰਗਾਲਾ ਸਾਈਡ ਨਾਕਾਬੰਦੀ ਕਰ ਰਹੀ ਸੀਗੀ, ਜਦੋਂ ਉਹਨਾਂ ਨੇ ਇੱਕ ਕੰਟੇਨਰ ਸਮਰਾਲਾ ਸਾਈਡ ਤੋਂ ਆਉਂਦਾ ਨਜ਼ਰ ਆਇਆ। ਫੈਕਟਰੀ ਦੇ ਨਾਂ 'ਤੇ ਉਹਨਾਂ ਨੇ ਇੰਟਰਸੈਪਟ ਕੀਤਾ ਅਤੇ ਉਹਦੇ 'ਚ 3 ਨੌਜਵਾਨ ਸਵਾਰ, 3 ਵਿਅਕਤੀ ਸਵਾਰ ਸੀਗੇ। ਉਹਨਾਂ ਦੀ ਕੰਟੇਨਰ ਹਰਿਆਣਾ ਦਾ ਨੰਬਰ ਸੀਗਾ HR37E3678। ਜਿਹੜੇ ਉਹਦੇ 'ਚ ਬੰਦੇ ਸੀਗੇ ਉਹਨਾਂ ਦੇ ਨਾਂ ਜਦੋਂ ਆਈਡੈਂਟੀਫਾਈ ਕੀਤੇ ਗਏ, ਇੱਕ ਨੇ ਆਪਣਾ ਨਾਂ ਜਿਹੜਾ ਡਰਾਈਵਰ ਸੀ ਅਮਰਜੀਤ ਸਿੰਘ ਦੱਸਿਆ ਜਿਹੜਾ ਵਾਸੀ ਮੁਲਾਣਾ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ, ਦੂਜੇ ਨੇ ਆਪਣਾ ਨਾਂ ਹਿੰਮਤ ਸਿੰਘ ਦੱਸਿਆ ਇਹ ਵਾਸੀ ਯਮੁਨਾਨਗਰ ਹਰਿਆਣਾ ਦਾ ਹੈ, ਅਤੇ ਜਿਹੜਾ ਤੀਜਾ ਹੈ ਸਤਨਾਮ ਸਿੰਘ ਇਹ ਹਰਿਆਣੇ ਦਾ ਹੀ ਪਿੰਡ ਮੁਲਾਣਾ ਦਾ ਰਹਿਣ ਵਾਲਾ ਹੈਗਾ। ਅਤੇ ਜਦੋਂ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਗਿਆ ਗਿਆ ਤਾਂ ਅਸੀਂ ਆਪਣੀ ਕਿਸੇ ਗਜ਼ਟਿਡ ਅਫਸਰ ਤੋਂ ਹੀ ਕਰਾਵਾਂਗੇ। ਅਤੇ ਮੌਕੇ 'ਤੇ ਜਿਹੜੇ DSP ਸਮਰਾਲਾ ਹੈ ਜਸਵਿੰਦਰ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੀ ਪ੍ਰੈਜੈਂਸ 'ਚ ਜਿਹੜੀ ਕੰਟੇਨਰ ਹੈ ਉਹਦੀ ਤਲਾਸ਼ੀ ਕੀਤੀ ਗਈ, ਜਿਹਦੇ ਵਿੱਚ ਸਾਨੂੰ 5 ਕੁਇੰਟਲ ਪੌਪੀ ਹਸ਼ ਬਰਾਮਦ ਹੋਈ ਹੈ। ਉਸ ਬਿਹਾਫ 'ਤੇ FIR ਨੰਬਰ 16 ਡੇਟਿਡ 20 ਜਨਵਰੀ 2022 ਅੰਡਰ ਸੈਕਸ਼ਨ 1561-85 NDPS ਐਕਟ 'ਤੇ ਦਰਜ ਕੀਤਾ ਗਿਆ ਸਮਰਾਲਾ ਥਾਣੇ 'ਚ। ਔਰ ਜਿਹੜੀ ਸਾਡੀ ਮੁੱਢਲੀ ਤਫਤੀਸ਼ ਹੈ ਉਹਦੇ 'ਚ ਪਤਾ ਲੱਗਿਆ ਕਿ ਇਹ ਰਾਜਸਥਾਨ ਤੋਂ ਲੈ ਕੇ ਆ ਰਹੇ ਸੀਗੇ ਜਿਹੜੀ ਸੁੱਕੀ ਚੂਰਾ ਪੋਸਟ ਹੈ, ਅਤੇ ਅੱਗੇ ਨਾਲੇ ਵੱਖ ਵੱਖ ਪੰਜਾਬ ਦੇ ਜ਼ਿਲ੍ਹਿਆਂ 'ਚ ਇਹਨੂੰ ਸਪਲਾਈ ਕਰਨਾ ਸੀਗਾ। ਔਰ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਗੇੜਾ ਪਹਿਲਾਂ ਵੀ ਨਾਲੇ ਲਾਇਆ ਸੀ ਜਿਹਦੇ ਨਾਲ ਨਸ਼ੇ ਦਾ ਸਪਲਾਈ ਕਰਨ ਲਈ। ਔਰ ਜਿਹੜਾ ਅਮਰਜੀਤ ਸਿੰਘ ਹੈ ਉਹ ਟਰੱਕ ਡਰਾਈਵਰ, ਜਿਹੜਾ ਸਤਨਾਮ ਸਿੰਘ ਹੈ ਉਹ ਗੱਡੀ ਦਾ ਮਾਲਕ ਹੈ, ਔਰ ਜਿਹੜਾ ਹਿੰਮਤ ਸਿੰਘ ਹੈ ਉਹ ਇਹਨਾਂ ਦੇ ਨਾਲ ਹੀ ਆ ਸਕਦਾ ਔਰ ਉਹ ਪੈਸੇ ਲਈ ਬੇਰੁਜ਼ਗਾਰ ਹੈ। ਔਰ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਤਿੰਨਾਂ 'ਚ ਜਿਹੜੇ 2 ਅਕਿਊਜ ਹੈਗੇ ਅਮਰਜੀਤ ਸਿੰਘ ਉਹਦੇ 'ਚ ਪਹਿਲਾਂ ਥਾਣਾ ਪਿੰਜੌਰ ਹਰਿਆਣਾ ਵਿੱਚ 14 ਕਿਲੋ ਭੁੱਕੀ ਦਾ ਆਲਰੇਡੀ ਇੱਕ ਪਰਚਾ ਦਰਜ ਹੈਗਾ, ਅਤੇ ਜਿਹੜਾ ਹਿੰਮਤ ਸਿੰਘ ਹੈ ਉਹਦੇ 'ਤੇ ਸਾਲ 2014 ਵਿੱਚ ਇੱਕ ਮੱਧ ਪ੍ਰਦੇਸ਼ 'ਚ ਐਨਡੀ ਦਾ ਪਰਚਾ ਹੋਇਆ ਸੀ ਜਿਹਦੇ 'ਚ ਇਹਨੇ 25 ਕਿਲੋ ਅਫੀਮ ਦੀ ਰਿਕਵਰੀ ਸੀਗੀ। ਔਰ ਜਿਹੜਾ ਸਤਨਾਮ ਸਿੰਘ ਹੈ ਉਹਦੇ 'ਤੇ ਹੁਣ ਤੱਕ ਦੀ ਤਫਤੀਸ਼ 'ਚ ਪਤਾ ਲੱਗਿਆ ਕਿ ਕੋਈ ਵੀ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਇਸ ਗੱਡੀ ਨੂੰ ਇੰਟਰਸੈਪਟ ਕਰਕੇ ਇੱਕ ਬੜੀ ਵੱਡੀ ਮਾਤਰਾ 'ਚ ਕਮਰਸ਼ੀਅਲ ਕੁਆਂਟਿਟੀ ਦੀ ਕਾਪੀ ਹਸ ਕਵਰ ਕੀਤੀ। ਆਈ ਕੰਗਰੈਚੁਲੇਟ ਮਾਈ ਟੀਮ, ਮੈਂ ਨਾ ਐਕਸਪੈਕਟ ਕਿਆ ਸੀ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਹੀ ਇਸੀ ਤਰ੍ਹਾਂ ਨਸ਼ੇ ਦੇ ਖਿਲਾਫ ਕੋਈ ਨਾ ਕੋਈ ਆਪਣੀ ਰਿਕਵਰੀ ਕਰਦੇ ਰਹਾਂਗੇ। ਜੀ ਜੋ ਸਾਨੂੰ ਪਤਾ ਲੱਗਿਆ ਕਿ ਤਿੰਨੋ ਹੀ ਹਰਿਆਣੇ ਦੇ ਰਹਿਣ ਵਾਲੇ ਆ, ਬਟ ਇਹ ਪਹਿਲਾਂ ਵੀ ਇੱਦਾਂ ਹੀ ਇੱਕ ਰਾਊਂਡ ਬਹੁਤ ਰੀਸੈਂਟਲੀ ਵੀ ਲਗਾ ਚੁੱਕੇ ਆ ਨਸ਼ਾ ਸਪਲਾਈ ਕਰਨ ਲਈ। ਔਰ ਫਿਲਹਾਲ ਤਾਂ ਇਹਨਾਂ ਦਾ ਇਹੀ ਮੈਨੂੰ ਪਤਾ ਲੱਗਿਆ। ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ, ਬਟ ਇਸੇ ਕੰਟੇਨਰ ਦੇ ਵਿੱਚ ਸਾਨੂੰ ਜਿੰਨੀ ਕੁਆਂਟਿਟੀ ਹੈ 5 ਕੁਇੰਟਲ ਦਾ ਕੰਟੇਨਰ ਇਸ ਤਰ੍ਹਾਂ ਕੋਈ ਬਹੁਤ ਸੀਕ੍ਰੇਟਲੀ ਨਹੀਂ ਰੱਖ ਸਕਦੇ, ਬਟ ਡੈਫੀਨੇਟਲੀ ਬਹੁਤ ਇੰਸਾਈਡਰ ਹੈ। ਇਟ ਇਜ਼ ਟੂ ਪ੍ਰੀਲਿਮਿਨਰੀ ਟੂ ਮੈਂ ਰਿਪੋਰਟ ਕਰ ਸਕਦੀ।